ਹੈਲੋ ਜਗਦੀਪ ਯਾਰ, ਮੈਨੂੰ ਅੰਕਿਤ ਦੇ ਬੰਦੇ ਨੇ ਫੜਿਆ। 2 ਦਿਨ ਹੋ ਗਏ ਆ, ਰੋਟੀ ਵੀ ਨਹੀਂ ਦਿੰਦੇ, ਮਾਰਦੇ ਆ। ਪਾਸਪੋਰਟ ਵੀ ਮੇਰਾ ਇਹਨਾਂ ਨੇ ਖੋ ਲਿਆ ਆ, 4 ਲੱਖ ਰੁਪਈਆ ਮੰਗਦੇ ਆ। ਕਹਿੰਦਾ ਅੰਕਿਤ, ਕਹਿੰਦਾ 4 ਲੱਖ ਰੁਪਈਆ ਮੰਗਾ, ਨਹੀਂ ਤਾਂ ਤੈਨੂੰ ਇੱਦੀ ਕੁੱਟ ਕੁੱਟ ਮਾਰਨਾ। ਅੱਛਾ ਜੀ, ਜਿਹੜਾ ਤੁਸੀਂ ਦੱਸਦੇ ਪਏ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਤੁਹਾਨੂੰ ਇਨਸਾਫ਼ ਨਹੀਂ ਮਿਲ ਰਿਹਾ ਜਾਂ ਤੁਹਾਨੂੰ ਹਰਾਸ ਕੀਤਾ ਜਾ ਰਿਹਾ, ਉਹ ਕੀ ਮਾਮਲਾ ਤੁਹਾਡਾ? ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਸਰ ਜੀ ਇੱਕ ਵੀ ਮਦਦ ਨਹੀਂ ਮਿਲੀ, ਬਲਕਿ ਸਾਨੂੰ ਨਹੀਂ ਇੰਨਾ ਕੁ ਹਰਾਸਮੈਂਟ ਕੀਤਾ। ਇੱਥੇ ਪੰਜਾਬ, ਇੱਥੇ ਜਿਹੜੀ ਗ੍ਰਾਂ ਦੀ ਪੁਲਿਸ ਹੈ, ਇੰਨਾ ਕੁ ਹਰਾਸਮੈਂਟ ਕੀਤਾ ਹੈ ਨਹੀਂ। ਪਹਿਲਾਂ ਸਾਡੇ ਕੋਲ ਇਹ ਡਿਟੇਲ ਮੰਗਦੇ ਰਹੇ ਵੀ ਆਹ ਡਿਟੇਲ ਦਿਓ, ਵੀ ਆਹ ਡਿਟੇਲ ਰਹਿ ਗਈ ਹੈ ਜਾਂ ਪੈਸਿਆਂ ਵਗੈਰਾ ਦੀ ਡਿਟੇਲ ਦਿਓ, ਅਸੀਂ ਉਹ ਵੀ ਦੇਤੀ। ਫਿਰ ਇਹਨੇ 1-2 ਮਹੀਨੇ ਇੱਦਾਂ ਹੀ ਪਾ ਕੇ ਪਰਵਾਨੇ ਭੇਜਣੇ ਸ਼ੁਰੂ ਕਰਤੇ। ਉਸ ਤੋਂ ਬਾਅਦ ਇਹ ਫਿਰ ਸਾਨੂੰ ਹੀ ਪੁੱਛਣ ਲੱਗ ਗਿਆ ਵੀ ਤੁਹਾਡੇ ਕੋਲ ਪੈਸੇ ਕਿੱਥੋਂ ਆਏ, ਨਾਲੇ SHO ਮੈਡਮ ਸਾਡੇ ਕੋਲ ਬੇਰਮਾ ਮੰਗਣ ਡੀ ਹੈ ਵੀ ਤੁਹਾਡੇ ਕੋਲ ਇਕੱਲੇ ਇਕੱਲੇ ਕੋਲ ਇੰਨੇ ਪੈਸੇ ਆਏ ਕਿੱਥੋਂ ਹੈ। ਇਹ ਉਹਨਾਂ ਨੂੰ ਪੁੱਛਣ, ਏਜੰਟਾਂ ਨੂੰ ਪੁੱਛਣ ਦੀ ਵਜ੍ਹਾ ਵੀ ਉਹਨਾਂ ਦੇ ਅਕਾਊਂਟ 'ਚ ਇੰਨੇ ਪੈਸੇ ਟ੍ਰਾਂਸਫਰ ਹੋਏ ਹੈ, ਉਹਨਾਂ ਨੂੰ ਨਹੀਂ ਇੱਕ ਵਾਰੀ ਵੀ ਪੁੱਛਿਆ, ਸਾਨੂੰ ਹੀ ਪੁੱਛਦੇ ਰਹੇ ਵੀ ਤੁਹਾਡੇ ਕੋਲ ਇੰਨੇ ਪੈਸੇ ਆਏ ਕਿੱਥੋਂ ਹੈ। ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਸਾਨੂੰ ਗ੍ਰਾਂ ਦੀ ਪੁਲਿਸ ਨੇ, ਵਿੱਚ SHO ਮੈਡਮ ਮੁਨਸ਼ੀ ਸਾਹਿਬ ਆਪਣੇ ਅਤੇ ASI ਸੁਰਿੰਦਰ ਮੋਹਨ ਜੀ, ਬਹੁਤ ਜ਼ਿਆਦਾ ਇਹਨੇ ਹਰਾਸਮੈਂਟ ਕੀਤਾ ਸਾਨੂੰ। ਹੁਣ ਜੇ ਸਾਡੇ ਵਿੱਚੋਂ ਇੰਨੇ ਪਰੇਸ਼ਾਨ ਸਾਡੇ ਬੰਦੇ ਹੋਏ ਚੁੱਕੇ ਆ, ਕਿਉਂਕਿ ਉਹਨੇ ਵਿਆਜ ਵੀ ਦੇਣਾ ਵਾ, ਫਿਰ ਇਹ ਕਈ ਭੱਜ ਦੌੜ ਕਰਦੇ ਆ ਸਾਰੀ ਦਿਹਾੜੀ। ਜੇ ਅਸੀਂ ਇਹ ਗੱਲ ਕਰਦੇ ਹਾਂ ਵੀ ਪੰਜਾਬ ਪੁਲਿਸ ਲੋਕਾਂ ਦੀ ਭਲਾਈ ਲਈ ਹੁੰਦੀ ਹੈ, ਸਮਾਂ ਕਿ ਇਹ ਸਾਨੂੰ ਉਲਟਾ ਹਰਾਸਮੈਂਟ ਬਹੁਤ ਜ਼ਿਆਦਾ ਕਰਦੇ ਪਏ ਆ। ਬਹੁਤ ਉਹਨਾਂ ਨੂੰ, ਏਜੰਟਾਂ ਨੂੰ ਵੀ ਪੁੱਛ ਗਿੱਛ ਕਰ ਰਹੇ, ਮਤਲਬ ਤੁਹਾਨੂੰ ਉਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਕੀਤੀ। ਇਹ ਤਾਂ ਸਾਨੂੰ ਹੀ ਇੱਦਾਂ ਲੱਗਦਾ ਪਿਆ ਵੀ ਅਸੀਂ ਗਲਤੀ ਕਰ ਲਈ, ਉਹਨਾਂ ਅਸੀਂ ਗਲਤੀ ਕੀਤੀ ਹੋਈ ਹੈ ਵੀ ਅਸੀਂ ਬਾਹਰ ਕਾਹਤੇ ਚਲੇ ਗਏ ਹਾਂ। ਇਹਨੇ ਸਾਨੂੰ ਹੀ, ਮਤਲਬ ਸਾਨੂੰ ਹੀ ਇੰਨਾ ਕੁ ਹਰਾਸਮੈਂਟ ਕੀਤਾ ਹੋਇਆ ਹੈ ਨਹੀਂ, ਸਾਡੀ ਮਦਦ ਕਰਨ ਦੀ ਵਜ੍ਹਾ, ਇੰਨਾ ਕੁਛ ਪ੍ਰੂਫ ਦੇਣ ਦੀ ਵਜ੍ਹਾ, ਸਾਡੇ ਕੋਲ ਵੀਡੀਓ ਫੁਟੇਜ ਹੈਗੇ ਆ, ਸਾਡੇ ਕੋਲ ਚੈੱਕ ਹੈਗੇ ਆ, ਸਾਡੇ ਕੋਲ ਰਿਕਾਰਡਿੰਗਾਂ ਹੈਗੀਆਂ, ਉਹਦੇ ਬਾਵਜੂਦ ਵੀ ਸਾਨੂੰ ਹਰਾਸਮੈਂਟ ਸਾਨੂੰ ਹੀ ਕੀਤਾ ਜਾਂਦਾ, ਉਹਨਾਂ ਨੂੰ ਇੱਕ ਵਾਰੀ ਨਹੀਂ ਸੱਦਿਆ ਇਹ ਨਿਟਾਣੇ। ਹਾਂਜੀ, ਇੱਕ ਦਰਖਾਸਤ ਜਗਦੀਪ ਕੁਮਾਰ ਵੱਲੋਂ ਆਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਅਲੈਚ ਕੀਤਾ ਸੀਗਾ ਵੀ ਕੁਛ ਟਰੈਵਲ ਏਜੰਟ ਹੈਗੇ ਆ 4-5, ਜਿਨ੍ਹਾਂ ਦਾ ਬਾਈ ਨੇਮ ਉਹਨਾਂ ਨੇ ਦੱਸਿਆ ਸੀਗਾ ਵੀ ਉਹਨਾਂ ਨੇ 35 ਲੱਖ ਦੀ ਠੱਗੀ ਮਾਰੀ ਹੈ ਅਤੇ ਬੰਦਿਆਂ ਨੂੰ ਬਾਹਰ ਨਹੀਂ ਭੇਜਿਆ। ਜਿਸ ਸੰਬੰਧੀ ਸਾਡੀ ਕੋਈ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ, ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਇਨ ਟਾਈਮ, ਤਾਂ ਉਹ ਇੱਕ ਵਾਰ ਦਾਖਲ ਦਫ਼ਤਰ ਹੋ ਚੁੱਕੀ ਹੈ ਜੀ ਸਾਡੇ ਕੋਲੋਂ। ਬਾਕੀ ਜੋ ਵੀ ਅੱਗੋਂ ਫਰਦਰ ਉਹਨਾਂ ਨੇ ਕੰਪਲੇਂਟ ਦਿੱਤੀ ਆ, ਉਹਦੀ ਦੁਬਾਰਾ ਅਸੀਂ ਰੀਇਨਵੈਸਟੀਗੇਸ਼ਨ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਅਸੀਂ ਅਮਲ 'ਚ ਲਿਆਵਾਂਗੇ। ਅੱਛਾ ਮੈਮ, ਉਹਨਾਂ ਦਾ ਕਹਿਣਾ ਸੀ ਕਿ ਦਰਖਾਸਤ ਸੀ, ਇੰਨਾ ਸਮਾਂ ਹੋ ਗਿਆ ਦਿੱਤੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕੀ ਕਹਿਣਾ ਚਾਹੋਗੇ? ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਹੈ, ਇਹਦੇ ਵਿੱਚ ਜੋ ਵੀ ਨੋਟਿਸ ਦੇਣਾ ਵਾ ਸੈਕਿੰਡ ਪਾਰਟੀ ਨੂੰ ਉਹ ਦਿੱਤੇ ਗਏ ਸੀਗੇ, ਬਟ ਇਹਨਾਂ ਵੱਲੋਂ ਜਿਹੜੀ ਕੰਪਲੇਨੈਂਟ ਸਾਈਡ ਤੋਂ ਜਿਹੜੇ ਡਾਕੂਮੈਂਟਸ ਆ ਉਹ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੇ ਗਏ, ਤਾਂ ਅਸੀਂ ਉਹਨਾਂ ਨੂੰ ਕਿਹਾ, ਹੁਣ ਵੀ ਇਹ ਗੱਲ ਹੋਈ ਹੈ ਸਾਡੀ ਵੀ ਜੋ ਡਾਕੂਮੈਂਟਸ ਹੈਗੇ ਆ ਸਾਨੂੰ ਸਾਡੀ ਇਨਕੁਆਇਰੀ 'ਚ ਰਿਕੁਆਇਰਡ, ਉਹ ਤੁਸੀਂ ਪ੍ਰੋਵਾਈਡ ਕਰਵਾ ਦਿਓ। ਜੀ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਜੀ, ਉਹ ਜੇ ਉਹ ਨਹੀਂ ਜੁਆਇਨ ਕਰਦੇ ਤਾਂ ਅਕੋਰਡਿੰਗ ਟੂ ਲਾਅ ਜੋ ਬਣਦਾ ਹੈ ਅਸੀਂ ਉਸ ਤਰੀਕੇ ਨਾਲ ਆਪਣੀ ਰਿਪੋਰਟ ਸਬਮਿਟ ਕਰ ਦਿੰਦੇ ਅੱਗੇ ਸੀਨੀਅਰ ਆਫਿਸਰ ਨੂੰ। ਧੱਕੇ ਨਾਲ ਜਿਹੜੀ ਇਹ ਦਾਖਲ ਦਫ਼ਤਰ ਕਰਵਾਈ ਗਈ, ਸਾਨੂੰ ਦੱਬਕੇ ਮਾਰੇ ਗਏ ਸਨ ਜੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਬਾਕੀ ਕੰਪਲੇਂਟ ਉਹਨਾਂ ਨੇ ਦੁਬਾਰਾ ਦਿੱਤੀ ਹੋਈ ਆ, ਉਹਦੇ ਵਿੱਚ ਵੀ ਜੇ ਕੋਈ ਨਵਾਂ ਫੈਕਟ ਆਊਗਾ ਉਹਨੂੰ ਕੰਸਿਡਰ ਕੀਤਾ ਜਾਊਗਾ। ਅੱਛਾ ਮੈਮ, ਏਜੰਟ ਦਾ ਪਤਾ ਲੱਗਾ ਕੁਛ, ਕੌਣ ਆ, ਤੁਸੀਂ ਸਰਚ ਕਰਨ ਦੀ ਕੋਸ਼ਿਸ਼ ਕੀਤੀ? ਉਹਦੇ ਵਿੱਚ ਉਹਨਾਂ ਨੇ ਆਪ ਕੰਪਲੇਂਟ ਦੇ ਵਿੱਚ ਹੀ ਜ਼ਿਕਰ ਕੀਤਾ ਹੋਇਆ ਜੀ। ਹਾਂਜੀ, ਆਲਰੇਡੀ ਉਹ ਬਾਈ ਨੇਮ ਕੰਪਲੇਂਟ ਆ ਜੀ। FIR ਦਾ ਕਿੱਦਾਂ? ਬਸ ਉਹਦੀ ਜੋ ਵੀ ਫੈਕਚੁਅਲ ਰਿਪੋਰਟ ਬਣਾ ਕੇ ਅਸੀਂ ਆਪਣੇ ਆਫਿਸਰਸ ਨੂੰ ਅੱਗੇ ਭੇਜਾਂਗੇ,
ਅਤੇ SSP ਸਾਹਿਬ ਦੀ ਅਪਰੂਵਲ ਤੋਂ ਬਾਅਦ ਫਿਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।